ਸਾਡੀ ਮਾਂ ਬਜੁੰਮੇ ਪਾ ਕੇ ਉਹ ਰਾਮਾ ਰਾਮਾ ਉਹ ਰਾਮਾ ਰਾਮਾ ਤੇ ਹਰ ਮਣੇ ਐਲਾਨ ਕਰਵਾ ਦਿਓ ਕਿ ਜਿਸ ਬੰਦੇ ਉਹ ਤਲਾਬ ਦੇ ਵਿੱਚ ਵੜ ਕੇ ਦੂਜੇ ਮਣੇ ਜਿਹੜਾ ਨਿਕਲ ਗਿਆ ਨਾ ਉਹਨੂੰ ਮੂੰਹ ਮੰਗਾ ਇਨਾਮ ਲੱਭਸੀ ਇੱਕ ਬੰਦਾ ਜਨਾਬ ਵਿੱਚ ਲੈ ਗਿਆ ਬੰਦਾ ਅੱਲਾ ਕੀਤਾ ਆੜ ਰਿਹਾ ਤੇ ਕੋਸ਼ਿਸ਼ਾਂ ਕਰਨ ਸੇ ਹਾਲਾਤ ਬਦਲ ਜਾਂਦੇ ਹੈ ਠੀਕ ਹੈ ਹਰ ਯੂਟਿਊਬਰ ਥਕਾ ਹੋਇਆ ਨਹੀਂ ਹੁੰਦਾ ਇੱਕ ਬਾਦਸ਼ਾਹ ਆਈ ਸਾਡੇ ਬਾਦਸ਼ਾਹ ਵੇਲਾ ਸ਼ਬਾਸ਼ ਜੀ ਪਤਾ ਮਿਲ ਰਹੀ ਉਸ ਨਾਲ ਐਲਾਨ ਕਰਵਾਇਆ ਉਸ ਆਖਿਆ ਕਿ ਮੈਂ ਇੱਕ ਬੜਾ ਵੱਡਾ ਇੱਕ ਜਗ੍ਹਾ ਤੇ ਤਲਾਬ ਬਣਵਾ ਚੁੱਕਾ ਉਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਜ਼ਰੀਦਾ ਹੈ ਨਾ ਕੋਈ ਜਾਨਵਰ ਜੋ ਵੀ ਉਹ ਮੈਂ ਉਹਦੇ ਵਿੱਚ ਛੱਡ ਦਿੱਤਾ ਸਾਪ ਕੀ ਨਿਉਲੇ ਕੀ ਠੂਏ ਕੀ ਜੋ ਇਹਨੇ ਕਿ ਵਿੱਚ ਹਿਸਾਬ ਕਿਤਾਬ ਹੈ ਨਾ ਮੈਂ ਸਾਰਾ ਕੁਝ ਵਿੱਚ ਛੱਡ ਦਿੱਤਾ ਤੇ ਹਰ ਮਣਾ ਐਲਾਨ ਕਰਵਾ ਦਿਓ ਕਿ ਜਿਸ ਬੰਦੇ ਉਹ ਤਲਾਬ ਦੇ ਵਿੱਚ ਵੜ ਕੇ ਦੂਜੇ ਮਣੇ ਜਿਹੜਾ ਨਿਕਲ ਗਿਆ ਨਾ ਉਹਨ ਮੂੰਹ ਮੰਗਾ ਇਨਾਮ ਲੱਭਸੀ ਹਰ ਬੜੇ ਨਾਲ ਜਨਾਬ ਐਲਾਨ ਹੋ ਗਿਆ ਤੇ ਆਵਾਮ ਗਈ ਨਾ ਜਿਉਂ ਜਿਉਂ ਭੁੱਖਣ ਦੌਰ ਆਈ ਹਰ ਬੰਦੇ ਦਾ ਦੌਰ ਗਿਆ ਮੈਂ ਬਾਦਸ਼ਾਹ ਕੋਲ ਮੂੰਹ ਮੰਗਾ ਇਨਾਮ ਲਵਾਂ ਸਾਰੇ ਬੰਦੇ ਤਲਾਬ ਦੇ ਕੋਲ ਮਣ ਜਮ੍ਹਾਂ ਹੋ ਗਏ ਜਿੰਮੇ ਗਫੀਰ ਢੇਰ ਆਵਾਂ ਇੱਕ ਬੰਦਾ ਜਨਾਬ ਵਿੱਚ ਲੈ ਗਿਆ ਉਹ ਜਨਾਬ ਆਏ ਨਾ ਡੁੱਬਦਾ ਤਰਦਾ ਜਨਾਬ ਨਾ ਦੂਜੇ ਮੈਂ ਨਿਕਲਿਆ ਤੇ ਉਸ ਟਾਈਮ ਜਿਹੜੇ ਹਕੀਮ ਤੇ ਸੰਨਿਆਸੀਆਂ ਨਾ ਉਹਨਾਂ ਦਾ ਵੀ ਇਹਤਮਾਮ ਕੀਤਾ ਗਿਆ ਸੀ ਕਿ ਅਗਰ ਇੱਕ ਬੰਦਾ ਕਿਉਂਕਿ ਹੁਣ ਹਰ ਚੀਜ਼ਾਂ ਨੇ ਉਹ ਡੰਗ ਮਾਰਨੀਆਂ ਉਹਦੇ ਜਿਸਮ 'ਚ ਜ਼ਹਿਰ ਭੇਜਣੀ ਆਈ ਤੇ ਉਸ ਟਾਈਮ 'ਤੇ ਜਿਹੜੇ ਕੋਈ ਯਾਦ ਨਹੀਂ ਜਾਣੇ ਕਿ ਕੋਈ ਨੁਸਖੇ ਮੁਸਖੇ ਦਵਾਈਆਂ ਖਵਾ ਕੇ ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਉਹਨਾਂ ਜਨਾਬ ਨਾ ਉਸ ਬੰਦੇ ਨੂੰ ਦਵਾਈਆਂ ਦਿੱਤੀਆਂ ਜੇਕਰ ਪੱਟੀ ਮਰਮ ਕੀਤੀ ਬੰਦਾ ਅੱਲਾ ਕੀਤਾ ਆੜ ਰਿਹਾ ਹਫ਼ਤਾ ਡੇਢ ਤੋਂ ਬਾਅਦ ਬਾਦਸ਼ਾਹ ਕੇ ਸਾਫ਼ ਸੁਥਰਾ ਤੇ ਚੰਗਾ ਲਿਬਾਸ ਪਵਾ ਕੇ ਸ਼ੇਖ ਰਾਜ ਨਾਲ ਨਵਾ ਕੇ ਦਰਬਾਰ ਚ ਲਾਇਆ ਠੀਕ ਹੈ ਨਵਾਂ ਮੋਬਾਈਲ ਦੇ ਅਜ਼ਾਮ ਦੇ ਸੇਮ ਪਾ ਕੇ ਪੰਜਾਂ ਘੰਟਿਆਂ ਉਹ ਜਨਾਬ ਨਾਲ ਆ ਗਿਆ ਬਾਦਸ਼ਾਹ ਜਨਾਬ ਬੜਾ ਸੋਹਣਾ ਇਸਤਕਬਾਲ ਕੀਤਾ ਢੋਲ ਧਮਾਕੇ ਨਾਲ ਉਹ ਜਨਾਬ ਜੱਫੀ ਪਾਈ ਉਹ ਸਕਿਆ ਤੂੰ ਮੇਰੇ ਰਾਜ ਦਾ ਸਭ ਤੋਂ ਤਾਕਤਵਰ ਤੇ ਕਮਾਲ ਬੰਦਾ ਮੇਰੇ ਸਾਹਮਣੇ ਬਹੁ ਤੇ ਪਹੁੰਚ ਮੈਂ ਤਾਂ ਰੱਜ ਕੇ ਵੇਖਾਂ ਤੇ ਹੁਣ ਤੂੰ ਮੈਨੂੰ ਇਹ ਦੱਸ ਤੂੰ ਕੀ ਇਨਾਮ ਲੈਣਾ ਚਾਹੁੰਦਾ ਸਭ ਤੋਂ ਪਹਿਲਾਂ ਤੇਰਾ ਇਨਾਮ ਲੱਭਸੀ ਅਗਲੀ ਗੱਲ ਬਾਅਦ ਚੋ ਸੀ ਉਹ ਬੰਦਾ ਚੁੱਪ ਉਹ ਸਮਝਿਆ ਬਾ ਲੱਗਦਾ ਬੰਦਾ ਜਕਦਾ ਪਿਆ ਅੱਛਾ ਉਸ ਆਖਿਆ ਤੂੰ ਇਹ ਦੱਸ ਅਗਰ ਮੈਂ ਤੈਨੂੰ 1000 ਘੋੜਾ 1000 ਹਾਥੀ ਦੇਵਾਂ ਤੇ ਠੀਕ ਹੀ ਬੰਦਾ ਚੁੱਪ ਉਸ ਅਗਰ ਲੱਗਦਾ ਥੋੜਾ ਅੱਛਾ ਉਸ ਆਖਿਆ ਅਗਰ ਮੈਂ ਤੈਨੂੰ ਜਿਹੜੀ ਮੇਰੀ ਸਲਤਨਤ ਦਾ ਫਲਾਣੀ ਜਗ੍ਹਾ ਉਹਦਾ ਕਰ ਮੈਂ ਤਾਂ ਵਜ਼ੀਰ ਬਣਾ ਚਣਾ ਇਹਨੇ ਕੋ ਸਾਰਾ ਰਕਬਾ ਹੀ ਤੈਨੂੰ ਦੇ ਚਣਾ ਮਜ਼ੀਦ ਰਹਿਤੇ ਸਿਕਿਉਰਟੀ ਦੇਵਾਂ ਇਤਨਾ ਹਿਸਾਬ ਕਰ ਦੇਵਾਂ ਮਜ਼ਦੂਰ ਬੰਦਾ ਚੁੱਪ ਉਸ ਮਨੋਠ ਕੋ ਸਾਖਿਆ ਅਗਰ ਮੈਂ ਤੈਨੂੰ ਆਪਣੀ ਅੱਧੀ ਸਲਤਨਤ ਦੇ ਚਣਾ ਨਾਲ ਆਪਣੀ ਧੀ ਦਾ ਰਿਸ਼ਤਾ ਲੈ ਦੇਵਾਂ ਕਬੂਲ ਨਹੀਂ ਬੰਦਾ ਉੱਠ ਕੇ ਖਲੋ ਗਿਆ ਉਸ ਆਖਿਆ ਕੋ ਨੂੰ ਮੈਨੂੰ ਕਿਤੇ ਸ਼ਾਹੀ ਦੀ ਲੋੜ ਹਰ ਜੇ ਆਪਣੀ ਕੋਲ ਰੱਖ ਮੈਨੂੰ ਬੰਦਾ ਦੱਸ ਜਿਹੜੇ ਮੈਨੂੰ ਧੱਕਾ ਦਿੱਤਾ ਹੈ ਮੈਨੂੰ ਬੰਦਾ ਦੇ ਜਿਸ ਵੇਲੇ ਮੈਂ ਧੱਕਾ ਦਿੱਤਾ ਮੈਂ ਤੇ ਆ ਵੇਖਣ ਆਇਆ ਸ਼ਬਾਸ਼ ਜਿਹੜਾ ਨਾ ਸ਼ਬਾਸ਼ ਜਿਹੜਾ ਨਾ ਉਹ ਵਿਚਾਰਾ ਫਸਿਆ ਪਿਆ ਉਹ ਹੁਣ ਆਦਾ ਮੈਨੂੰ ਬੰਦਾ ਵੇਖਾ ਜਿਸ ਮੈਂ ਧੱਕਾ ਦਿੱਤਾ ਮੈਂ ਤੇ ਵਜ਼ੀਰਾਂ ਦਾ ਮੰਨਣਾ ਹੀ ਨਾ ਚਾਹੁੰਦਾ ਸਮਝ ਆਈ ਠੀਕ ਹੈ ਤੇ ਸਾਡੀ ਜਿਹੜੀ ਇਸ ਪੇੜੀ ਵੀਡੀਓ ਆਈ ਨਾ ਉਹ ਤੇ 57 ਮਿਲੀਅਨ ਵਿਊ ਆਏ ਮੈਂ ਤਾਂ ਸਾਬੇ ਚ ਵੇਖਿਆ ਮੈਂ ਤਾਂ ਸਾਬੇ ਚ ਵੇਖਿਆ ਉਹ ਜਿਹੜੀ ਵੀਡੀਓ ਨਾ ਹੋ ਸਕਦਾ ਹੈ ਤੇ 57 ਵਿਊ ਆ ਜਾਣ ਇਹ ਇਨਸ਼ਾਅੱਲਾ ਵਕਤ ਜ਼ਰੂਰ ਨਹੀਂ ਸੜੀ ਉਹ ਵਕਤ ਇਨਸ਼ਾਅੱਲਾ ਦੂਰ ਨਹੀਂ ਨਹੀਂ ਜ਼ਰੂਰ ਨਹੀਂ ਵੀਡੀਓ 100 ਵਿਊ ਤੱਕ ਜਾਣੀ ਇਨਸ਼ਾਅੱਲਾ ਤੇ ਕੋਸ਼ਿਸ਼ਾਂ ਕਰਨ ਸੇ ਹਾਲਾਤ ਬਦਲ ਜਾਂਦੇ ਹੈ ਠੀਕ ਹੈ ਹਰ ਯੂਟਿਊਬਰ ਥਕਾ ਹੋਇਆ ਨਹੀਂ ਹੁੰਦਾ ਵਾਹ ਜੀ ਸ਼ੇਰਾ ਨਹੀਂ ਸ਼ੋਕੇ ਖਾਨ ਦਾ ਨਾ ਹੀ जितने भी बड़े बड़े यूट्यूबर ना वीडियो चार थले मिलियन के हिसाब व्यू होंगे उन्होंने समझो कि एक शहरी चैनल है साडा एक पेंडू चैनल है जिवें शहरी बच्चा होंदा ते पेंडू बच्चा होंदा शहरी बच्चा होंदा ते उन जनाब मामा बड़े ना ट्विंकल लिटल स्टार ते जनाब भालू दे के ते चीख मार ते उन बंटियां दे के ते उन ध्याने ला के संबंधी है साडी मां बजुमे पा के ओरा मार पर आमा ओरा मार पर साडे चैनल दा कोई हिसाब है साडा जो साडे यूट्यूब वीडियो चढ़दी है ते उन भी यूट्यूब दा आइदे मार दे आइदे मार आज मार दे सामने दे फोटो तो क्या मार दे उधर आ मार दे मोड़ सामने आ गा बता यूट्यूब वाले 50-70 साहब ने शो करवा दिया है जैसा देखने हां आ कर जा ओए सैंडल आ ओए हां ते ओ आदर इन्होंने सामने ना आ यार की ना मैं नोश पाए है आ जेने ने मतलब के चंगी बस भरी के ना इशारा करता है ਮੈਂ ਜਰਾ ਬੜਾ ਜ਼ਿਆਦਾ ਟਾਈਮ ਕੋਲ ਲੈਣਾ ਆ ਜਨਾਬ ਹਕੀਮ ਸਾਹਿਬ ਦਾ 35 ਰੁਪਏ ਵਾਲਾ ਬੰਨਿਓ ਨਾ ਉਹ ਕਨੈਕਟਰ ਦਾ ਖਦਾ ਬਣਾ ਲਓ ਤੇ ਸਾਡਾ ਵੀ ਉਹ ਵੀਡੀਓ ਦਾ ਮੈਂ ਕਰੋ ਬਣੇ ਉਹ ਬਦਨ ਮੇਰੇ ਨਾਲ ਬੈਠ ਪਣਾ ਕਿਸੇ ਸਾਡੇ ਬਿਲਾਲ ਭਾਈ ਦਾ ਜਿਹੜਾ ਚੈਨਲ ਹੈ ਮੋਨੀਟਾਈਜ਼ ਹੋ ਗਿਆ ਇਹਨਾਂ ਦੀ ਕੁੱਤੀ ਵੀ ਵਾਇਰਲ ਹੋ ਗਈ ਹੈ
बाकी बस रहो चस लो मिलते हैं नई वीडियो के साथ अपना रखे ख्याल अल्लाह सुनते वाले।